ਸਸਕਾ ਜੀ, ਸਾਰਿਆਂ ਨੂੰ ਸੰਦੀਪ ਡੇ ਫਾਈ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਬਾਈ ਕਾਲੂ ਗੁਰਦਿਆਲ ਸਿੰਘ ਪਹੁੰਚ ਚੁੱਕੇ ਆ। ਦੇਖੋ ਅੱਜ ਵੀ ਵੀਰਾਂ ਨੇ ਗਾਵਾਂ ਲੈ ਕੇ ਨਹੀਂ, ਪਰ ਲੈ ਕੇ ਵੀ 30-30 ਕਿਲੋ ਲੈ ਜਾਂਦੀਆਂ। ਆ ਜਾਓ ਗੱਲਬਾਤ ਕਰੀਏ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਠੀਕ ਠਾਕ ਬਾਈ ਜੀ? ਗਾਹਕ ਵਿਹਲੇ ਘੁਮਾ ਰਹੇ ਕੈਮਰਾ ਸ਼ੰਭੂ, ਵਿਹਲੇ ਗਾਹਕ ਖੜੇ ਆ। ਸਤਿ ਸ਼੍ਰੀ ਅਕਾਲ ਜੀ। ਸਾਡੀ ਵੇਟ ਦਾ ਬਹੁਤ ਟਾਈਮ ਹੋ ਗਿਆ, ਘੰਟਾ ਡੇਢ ਘੰਟਾ ਹੋ ਗਿਆ ਬਾਈ। ਇਹਨਾਂ ਨੂੰ ਸਾਨੂੰ 1 ਵਜੇ ਦਾ ਅਸੀਂ ਡੇਢ ਕਰਦੇ, ਚਲੋ 1 ਵਜੇ ਜਾ ਰਿਹਾ ਅੱਜ ਸਾਡਾ ਕੰਮ ਲੈ ਹੋਈ ਜੀ। ਆਗੇ ਆਗੇ ਕਰ, ਉਹ ਕੀ ਕਰੇ ਰਾਤ ਚੱਲਿਆ ਵਾਂਡੇ ਨੂੰ ਵਿਚਾਰਾ, ਰਾਤ ਵਾਂਡੇ ਚੱਲਿਆ। ਫਿਰ ਤੂੰ ਕਰਮਾਣਾ ਆਲੇ ਰਮਜ਼ਾਨ ਵਾਂਡੇ ਤੋਂ ਭਾਜੀ, ਕਰਮਾ ਵਾਲਾ ਸਾਲੀ ਕੋ ਚੱਲਿਆ। ਚਲੋ ਵਧੀਆ, ਇਹ ਵੀ ਜ਼ਰੂਰੀ ਹੈ ਜੀ। ਕਿੰਨੀ ਅੱਜ ਫਿਰ? ਅੱਜ 5 ਦੇ ਸੁਣੀ ਜੀ। ਚਲੋ ਕਰੀ ਸ਼ੁਰੂ। ਹੋਰ ਕਿਦਾਂ ਆਸੀ ਜੀ? ਵਧੀਆ ਵਧੀਆ। ਕਿਵੇਂ ਸੱਸੇ ਜੀ ਖੜੇ? ਹਾਂ ਨਹੀਂ ਨਹੀਂ, ਹੋਰ ਸੁਣਾਓ ਤੁਸੀਂ। ਮੱਦੀ ਇਹ ਗੱਬਣਾ, ਇਹ ਵਿੱਚ ਗੱਬਣਿਆ ਜੀ, ਗੱਬਣ ਪਚਵਿੰਜਾ ਦੀ ਵੇਚ ਲਈਏ, ਤੁਹਾਨੂੰ ਪਤਾ ਕੰਮ ਜਾਇਆ ਹੀ ਰਹਿਣਾ। ਚੌਗੀ ਵਿਹੜਿਆ ਤੇ ਦੂਜਾ ਸੂਆ ਗੱਬਣ ਗੱਬਣ ਦਿਨ ਲੈ ਜੇ, ਹਫਤਾ ਲੈ ਜੇ, 5 ਲੈ ਜੇ, 6 ਲੈ ਜੇ। ਪਹਿਲੇ ਸੂਏ 17-18 ਕਿਲੋ ਦੁੱਧ ਚੋਇਆ ਨਾ, ਐਰਕੀ ਵੇਖੋ ਕੀ ਦਿੰਦੀ ਆ। ਹਾਂਜੀ ਭਰਾ ਕਾਲੂ ਜੀ, ਮੈਨੇਜਰ ਸਾਹਿਬ ਦੱਸੋ ਜੀ, ਪੈਣ ਦੀ ਦੇਰੀ ਆ ਜੀ? ਦੁੱਧ ਸਹੀ ਭਾਅ ਨਾਲ ਕਿਹਾ ਵੀ ਪਹਿਲੇ ਸਵੇ 30 ਕਿਲੋ, ਬਾਕੀ ਕੋਈ ਪਾਣੀ ਕਹਿੰਦੇ ਨੀ ਆ। ਇਹੋ ਜੀ 20-22 ਕਿਲੋ ਦੇ ਬੜਾ ਆ, ਬੜਾ ਦੁੱਧ ਹੁੰਦਾ, ਲੀਟਰ ਨਾ ਮਿਣੀ ਹੈ। ਹਾਂਜੀ ਹਾਂਜੀ ਦੀਪ ਜੀ, ਹਾਂ ਨਾ ਹੀ ਕਰ ਦਈਏ, ਹਾਂ ਨਾ ਹੀ 72,000 ਦੀ ਜਾਨ ਦੋ। ਠੀਕ ਹੈ ਜੀ, ਬਿਲਕੁਲ ਜਾਇਜ਼ ਜੀ ਆ। 70 ਦੀ ਤੁਸੀਂ ਜਾਨ ਦੋ, 70,000 ਦੀ ਜਾਨ ਦੇ ਯਾਰ, ਜਾਨ ਦੇ ਜਾਨ ਦੇ ਕਾਲੂ ਚੱਲਾ ਜਾਨ ਦੇ, ਇਹ ਜਾਨ ਕੇ ਦੋ ਕਪੜਾ ਪਰ ਜਾਨ ਲੱਗੇ ਨੀ ਯਾਰ। ਇਹ ਵੀ ਕੱਪੜੇ, ਇਹ ਵੀ ਗੱਬੜਾ ਵੈੜ ਦਾ ਵਜਣ ਵੇਖੋ ਸੰਦੀਪਾ, ਇਹ ਵੀ ਵੈੜ ਗੱਬਣਾ ਤੇ ਵੇਖੋ ਵਜਣ ਕਰਾਂਗੇ।
ਬਾ ਠੀਕ ਆ ਆਜੋ ਜੀ ਆਜੋ ਆਜੋ ਦੁੱਧ ਸੰਦੀਪ ਭਾ ਇਹ ਵੀ 20 ਕਿਲੋਆਂ ਤੋਂ ਬਾਹਰ ਹੀ ਜਾਣੀ ਆ ਠੀਕ ਆ ਅੰਦਰ ਨਹੀਂ ਰਹਿੰਦੀ ਮੱਛੀ ਚੱਡਾ ਵੇਖ ਲਓ ਕਿੰਨਾ ਚੌੜਾ ਜਾਂਦਾ ਜਦੋਂ ਤੁਰਦੀ ਆ ਬੋਲੋ ਕੀ ਹਫਤਾ ਲੈ ਜੂਗੀ ਅਜੇ ਵੀ ਸੇਮ ਸੇਮ ਹੀ ਕਰਦੀ ਆ ਸੰਦੀਪ ਭਾ ਹਾਂਜੀ 70,000 ਦੀ ਆ 70 ਦੀ ਜਾਂ ਲੋ ਜੀ ਪੰਜ ਵੇੜਾ ਤੇ ਪੰਜੇ ਵੇੜਾ ਵੇਖ ਲਓ ਬਸ ਉੜਾ ਹੀ ਪੱਟੀਆਂ ਪਈਆਂ ਬਾਕੀ ਮੇਰੇ ਵੀਰੇ ਇੱਥੇ ਆਓ ਆ ਚੈੱਕ ਕਰਕੇ ਜੋ ਹੈਗਾ ਨਾ ਤਸੱਲੀ ਕਰਕੇ ਜੀ ਤਸੱਲੀ ਕਰਕੇ ਬੋਲੋ ਨੰਬਰ ਬੋਲਦੀ ਹੁਣ ਨੰਬਰ ਪਿੰਡ ਕੋਟਖਿਆਨਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ 9648827503 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ